ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਉਹੀ ਅਵਤਾਰ ਸਿੰਘ ਜੀ ਆ ਜਿਨ੍ਹਾਂ ਨੂੰ ਸਾਡੀ ਟੀਮ ਦੁਆਰਾ ਚੱਕ ਕੇ ਜਿਹੜਾ PGI ਲੈ ਕੇ ਜਾਇਆ ਜਾਂਦਾ ਸੀ। ਇਹਨਾਂ ਦਾ ਆਪਰੇਸ਼ਨ ਕਰਵਾਇਆ ਸਾਡੀ ਟੀਮ ਦੁਆਰਾ ਦਾਨੀਵੀ ਸੱਜਣਾਂ ਦੇ ਸਹਿਯੋਗ ਦੇ ਨਾਲ। ਅੱਜ ਇਹ ਬਿਲਕੁਲ ਠੀਕ ਵਾ, ਆਪਣੇ ਪੈਰਾਂ 'ਤੇ ਦੁਬਾਰਾ ਧੁੰਨ ਫਿਰਨ ਲੱਗ ਗਏ ਆ। ਇਹ ਦਾਨੀਵੀ ਸੱਜਣੋਂ ਤੁਹਾਡੀ ਨੇਕ ਕਮਾਈ ਦੇ ਸਦਕਾ ਹੀ ਸੰਭਵ ਹੋ ਸਕਿਆ ਵਾ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 4 ਸਾਲ ਪਹਿਲਾਂ ਸਾਨੂੰ ਇਹ ਪਰਿਵਾਰ ਸਾਨੂੰ ਮਿਲਿਆ ਸੀ। ਇਹ ਬਿਲਕੁਲ ਮੰਜੇ 'ਤੇ ਸੀ, HLA-B27 ਨਾਂ ਦੀ ਬਿਮਾਰੀ ਤੋਂ ਪੀੜਿਤ ਵਾ। ਇਹਨਾਂ ਦੇ ਦੋਨੇ ਚੂੜਿਆਂ ਦਾ ਜਿਹੜਾ ਆਪਰੇਸ਼ਨ ਵਾ ਉਹ ਸਾਡੇ ਡੋਨਰਸ ਦੀ ਹੈਲਪ ਦੇ ਦੁਆਰਾ ਕਰਵਾਇਆ ਗਿਆ। ਅਤੇ 4 ਸਾਲ ਤੋਂ ਲਗਾਤਾਰ ਇਹਨਾਂ ਦਾ ਜੋ ਮਹੀਨਾ ਵਾ ਰਾਸ਼ਨ ਦੀ ਸੇਵਾ ਵਾ ਉਹ ਇਹਨਾਂ ਤੱਕ ਪਹੁੰਚਦੀ ਕੀਤੀ ਜਾ ਰਹੀ ਆ। ਇਸ ਮਹੀਨੇ ਵੀ ਜਿਹੜੀ ਰਾਸ਼ਨ ਦੀ ਸੇਵਾ ਵਾ ਉਹ ਅਸੀਂ ਇਹਨਾਂ ਤੱਕ ਪਹੁੰਚਦੀ ਕਰਨ ਆਏ ਆ। ਅਤੇ ਜਿਹੜਾ ਇਹ ਸਾਰਾ ਨੇਕ ਕਾਰਜ ਵਾ ਉਹ ਦਾਨੀਵੀ ਸੱਜਣਾਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਰਿਹਾ ਵਾ। ਮੈਂ ਧੰਨਵਾਦ ਕਰੂੰਗਾ ਰਜੇਸ਼ ਸੈਣੀ ਜੀ ਦਾ, ਅਰਵਿੰਦਰ ਕੁਮਾਰ ਜੀ ਦਾ, ਗੁਰਜੀਤ ਸਿੰਘ ਜੀ ਦਾ, ਨਿਸ਼ਾ ਮਲਹੋਤਰਾ ਜੀ ਦਾ, ਅੰਮ੍ਰਿਤ ਸਿੰਘ ਜੀ ਦਾ, ਓਂਕਾਰ ਸਿੰਘ ਜੀ ਦਾ, ਸੁਰਿੰਦਰ ਕੱਖ ਜੀ ਦਾ, ਤਨੂ ਸੈਣੀ ਜੀ ਦਾ, ਮਲਕੀਤ ਸਿੰਘ ਜੀ ਦਾ, ਗ੍ਰੇਸੀ ਪੜਵੱਗਾ ਜੀ ਦਾ, ਰਮਤ ਸੈਣੀ ਜੀ ਦਾ, ਵਿੱਕੀ ਢੋਗਲ ਜੀ ਦਾ। ਤੁਹਾਡੇ ਦਿੱਤੇ ਹੋਏ 1-1 ਰੁਪਿਆ ਜਿਹੜਾ ਵਾ ਉਹ ਲੋੜਵੰਦਾਂ ਤੱਕ ਪਹੁੰਚ ਰਿਹਾ ਵਾ। ਮੈਂ ਬਾਪੂ ਜੀ ਉਹਨਾਂ ਤੋਂ ਪੁੱਛਣਾ ਚਾਹੂੰਗਾ, ਬਾਪੂ ਜੀ ਹਰੇਕ ਮਹੀਨੇ ਰਾਸ਼ਨ ਦੀ ਸੇਵਾ ਸਮੇਂ ਸਿਰ ਮਿਲ ਜਾਂਦੀ ਹੈ? ਬਿਲਕੁਲ, ਰਾਸ਼ਨ ਦੀ ਕੁਆਲਿਟੀ ਚੰਗੀ ਹੈ ਜੀ? ਵਧੀਆ ਵਧੀਆ, ਗੁਜ਼ਾਰਾ ਵਧੀਆ ਹੋ ਜਾਂਦਾ ਤੁਹਾਡਾ? ਬਹੁਤ ਵਧੀਆ ਜੀ। ਦਾਨੀ ਵੀਰਾਂ ਨੂੰ ਕੁਛ ਕਹਿਣਾ ਚਾਹੂੰਗੇ ਜੀ? ਦਾਨੀ ਵੀਰਾਂ ਦਾ ਧੰਨਵਾਦ ਆ, ਬਹੁਤ ਬਹੁਤ ਜਿਨ੍ਹਾਂ ਨੇ ਸਾਡੇ ਗਰੀਬਾਂ ਬਾਰੇ ਇੰਨਾ ਸੋਚਿਆ, ਪਰ ਪਰਮਾਤਮਾ ਇਹਨਾਂ ਦੀ ਤੰਦਰੁਸਤੀ ਰੱਖੀ, ਇਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ। ਇਸੇ ਤਰ੍ਹਾਂ ਆਪਣਾ ਸਾਥ ਦਿੰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ।